ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਦੀ ਹਵਾ ਰਹਿਣ ਦੇ ਲਾਇਕ ਨਹੀਂ ਹੈ। ਉੱਥੇ ਹੀ ਅੰਮ੍ਰਿਤਸਰ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦੇ ਬਾਰੇ ਭਾਰਤ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਦਾ ਕੋਈ ਹੱਲ ਕੱਢਣਾ ਚਾਹੀਦਾ। ਉੱਥੇ ਜਿੱਥੇ ਰਾਜ ਕੁਮਾਰ ਵੇਰਕਾ ਨੇ ਇਸ ਵਿਸ਼ੇ 'ਤੇ ਚਿੰਤਾ ਜਿਤਾਈ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਨੇ ਕਿਹਾ ਕਿ ਇੱਕ ਤਰਫ ਤਾਂ ਮੋਦੀ ਸਰਕਾਰ ਭਾਰਤ ਨੂੰ ਅਵਲ ਦਰਜਾ ਦੇਸ਼ ਦੱਸ ਰਹੀ ਹੈ ਅਤੇ ਦੂਜੇ ਪਾਸੇ ਉਹਨਾਂ ਦੇ ਮਿੱਤਰ ਡੋਨਲਡ ਟਰੰਪ ਉਹਨਾਂ ਦੀ ਪੋਲ ਖੋਲ ਰਹੇ ਨੇ। मैं समझता हूं कि ये चिंता का विषय तो है ही और भारत सरकार को इसमें संज्ञान लेना चाहिए और इस चीज़ों का ध्यान देना होगा। जो भारत को अव्वल दर्जे का भारत कहलाने की मोदी साहब ढोंग रच रहे हैं, उनका पोल उनके दोस्त ही खोल रहे हैं और मैं समझता हूं कि उनके दोस्त ने बात की है, क्योंकि भारत के लोगों की तो मोदी साहब बात नहीं सुनते, अमरीका के दोस्त की बात तो ज़रूर सुनते हैं। मुझे उम्मीद है कि मोदी साहब इसमें संज्ञान लेंगे और अपने दोस्त की बात सुनेंगे। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਦੀ ਹਵਾ ਰਹਿਣ ਦੇ ਲਾਇਕ ਨਹੀਂ ਹੈ। ਉੱਥੇ ਹੀ ਅੰਮ੍ਰਿਤਸਰ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦੇ ਬਾਰੇ ਭਾਰਤ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਦਾ ਕੋਈ ਹੱਲ ਕੱਢਣਾ ਚਾਹੀਦਾ। ਉੱਥੇ ਜਿੱਥੇ ਰਾਜ ਕੁਮਾਰ ਵੇਰਕਾ ਨੇ ਇਸ ਵਿਸ਼ੇ 'ਤੇ ਚਿੰਤਾ ਜਿਤਾਈ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਨੇ ਕਿਹਾ ਕਿ ਇੱਕ ਤਰਫ ਤਾਂ ਮੋਦੀ ਸਰਕਾਰ ਭਾਰਤ ਨੂੰ ਅਵਲ ਦਰਜਾ ਦੇਸ਼ ਦੱਸ ਰਹੀ ਹੈ ਅਤੇ ਦੂਜੇ ਪਾਸੇ ਉਹਨਾਂ ਦੇ ਮਿੱਤਰ ਡੋਨਲਡ ਟਰੰਪ ਉਹਨਾਂ ਦੀ ਪੋਲ ਖੋਲ ਰਹੇ ਨੇ। मैं समझता हूं कि ये चिंता का विषय तो है ही और भारत सरकार को इसमें संज्ञान लेना चाहिए और इस चीज़ों का ध्यान देना होगा। जो भारत को अव्वल दर्जे का भारत कहलाने की मोदी साहब ढोंग रच रहे हैं, उनका पोल उनके दोस्त ही खोल रहे हैं और मैं समझता हूं कि उनके दोस्त ने बात की है, क्योंकि भारत के लोगों की तो मोदी साहब बात नहीं सुनते, अमरीका के दोस्त की बात तो ज़रूर सुनते हैं। मुझे उम्मीद है कि मोदी साहब इसमें संज्ञान लेंगे और अपने दोस्त की बात सुनेंगे।